ਵਿਵਾਦਾਂ ਵਿੱਚ ਫਸੀ ਗੁਰਮੀਤ ਰਾਮ ਰਹੀਮ ਦੀ ਫਿਲਮ ਮੈਸੰਜਰ ਆਫ ਗੋਡ ਤੇ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਟਿੱਪਣੀ ਕੀਤੀ ਹੈ। ਉਹਨਾਂ ਇਸ ਫਿਲਮ ਨੂੰ ਪਬਲਿਸਿਟੀ ਸਟੰਟ ਦੱਸਿਆ। ਮੱਕੜ ਮੁਤਾਬਕ ਇਹ ਫਿਲਮ ਸਮਾਜ ਵਿੱਚ ਤਰੇੜਾਂ ਪਾਵੇਗੀ। ਮੈਂ ਸਮਝਦਾ ਹਾਂ ਕਿ ਸਟੰਟ ਫਿਲਮ ਹੈ ਔਰ ਪਬਲਿਸਿਟੀ ਲੈਣੇ ਕੇ ਲੀਏ ਐਸਾ ਫਿਲਮ ਉਸਨੇ ਬਣਾਈ ਹੈ ਔਰ ਐਸੀ ਫਿਲਮੇ ਮੈਂ ਸਮਝਦਾ ਹਾਂ ਕਿ ਸਮਾਜ ਕੀ ਭਲਾਈ ਕੀ ਵਜ੍ਹਾ ਸੇ ਸਮਾਜ ਕੀ ਭਲਾਈ ਕੀ ਜਗ੍ਹਾ ਸਮਾਜ ਮੇਂ ਨੁਕਸਾਨ ਕਰਤੀ ਹੈ, ਸਮਾਜ ਮੇਂ ਤਰੇੜੇ ਡਾਲ ਦੇਤੀ ਹੈ, ਸਮਾਜ ਮੇਂ ਫਿਰ ਕੁਛ ਸਦਭਾਵਨਾ ਜੋ ਹੈ ਜਾਂ ਜੋ ਵੀ ਹੈ ਵੋ ਉਸਮੇਂ ਬਹੁਤ ਉਸਕੋ ਡੈਮੇਜ ਕਰਤੀ ਹੈ। ਤੋ ਇਸ ਫਿਲਮ ਕੋ ਨਹੀਂ ਚਲਨੇ ਦੇਣਾ ਚਾਹੀਏ ਥਾ ਔਰ ਨਾ ਚਲਨੇ ਦੇਣਾ ਚਾਹੀਏ। ਸਰਕਾਰ ਨੇ ਤੋ ਪੰਜਾਬ ਸਰਕਾਰ ਨੇ ਤੋ ਰੋਕਾ ਹੁਆ ਹੈ, ਸੈਂਟਰ ਕੋ ਵੀ ਰੋਕਣਾ ਚਾਹੀਏ ਥਾ। ਮੈਨੇ ਪਹਿਲੇ ਹੀ ਮੰਗ ਕੀ ਹੈ ਕਿ ਸੈਂਟਰ ਕੋ ਰੋਕ ਦੇਣਾ ਚਾਹੀਏ ਥਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।